ਜਿਉਂਦਾ ਰਹਿ ਵੀਰਾ, ਤੂੰ ਜੀਰਾ ਫੈਕਟਰੀ ਬੰਦ ਕਰਾ ਕੇ ਬਹੁਤ ਵਧੀਆ ਕੰਮ ਕੀਤਾ। ਤੇਰਾ ਮੈਂ ਮੂੰਹ ਮਿੱਠਾ ਕਰਾਉਂਦੀ ਹਾਂ, ਤੂੰ ਪੰਜਾਬ ਦੀਆਂ ਜਾਨਾਂ ਬਚਾ ਕੇ ਸਾਡੇ ਪੰਜਾਬ ਨੂੰ ਰੰਗਲਾ ਬਣਾਇਆ। ਬਹੁਤ ਬਹੁਤ ਤੇਰਾ ਧੰਨਵਾਦ, ਤੈਨੂੰ ਨਜ਼ਰ ਨਾ ਲੱਗ ਜਾ। ਲੈ ਪੁੱਤ, ਤੈਨੂੰ ਨਜ਼ਰ ਨਾ ਲੱਗ ਜੇ, ਸਾਡੇ ਬਹੁਤ ਵਧੀਆ ਕੰਮ ਕਰਤੇ, ਅਸੀਂ ਬਹੁਤ ਖੁਸ਼ ਹਾਂ। ਸਾ ਤੈਨੂੰ ਪਰਮਾਤਮਾ ਤੈਨੂੰ ਭਾਗ ਲਾਵੇ ਸੱਚੇ ਪਾਤਸ਼ਾਹ, ਤੈਨੂੰ ਕਿਸੇ ਦੀ ਨਜ਼ਰ ਨਾ ਲੱਗ ਜੇ ਪੁੱਤ। ਜਿਉਂਦਾ ਰਹਿ ਪੁੱਤਰਾ, ਤੈਨੂੰ ਕਿਸੇ ਦੀ ਨਜ਼ਰ ਨਾ ਲੱਗ ਜੇ, ਤਾਂ ਬਹੁਤ ਸੋਹਣੇ ਕੰਮ ਕਰੇ ਨੇ, ਤਾਂ ਜੀਰਾ ਫੈਕਟਰੀ ਨੂੰ ਤਾਲਾ ਲਵਾ ਕੇ ਤਾਂ ਵਧੀਆ ਕੰਮ ਕਰੇ ਨੇ, ਜਾਨਾਂ ਬਚਾਈਆਂ ਨੇ, ਕੈਂਸਰ ਦੇ ਰੋਗ ਹਟਣਗੇ, ਮਸੂਮ ਬੱਚਿਆਂ ਦੇ ਮਾਪਿਆਂ ਨੇ ਜਾਨਾਂ ਵਾਗੀਆਂ, ਬੱਚੇ ਇਕੱਲੇ ਘਰਾਂ 'ਚ ਰਹਿ ਰਹੇ ਨੇ, ਇਹ ਕਿਸੇ ਨੇ ਨਹੀਂ ਸੋਚੀ ਤੀ, ਜਿਹੜੀ ਸੋਚ ਤਾਂ ਸੋਚੀ ਹੈ। ਜਿਉਂਦਾ ਰਹਿ ਪੁੱਤਰਾ, ਤੈਨੂੰ ਕਿਸੇ ਦੀ ਨਜ਼ਰ ਨਾ ਲੱਗ ਜੇ, ਭਗਵੰਤ ਮਾਨ ਨਜ਼ਰ ਨਾ ਲੱਗ ਜੇ। ਫੁੱਲਾਂ ਵਿੱਚੋਂ ਫੁੱਲ ਗੁਲਾਬ ਨੀ ਅੜਿਓ, ਸਾਡਾ ਹੱਸਦਾ ਰਹੇ ਪੰਜਾਬ ਨੀ ਸਹੀਓ, ਸਾਡਾ ਵਸ ਰਹੇ ਪੰਜਾਬ ਨੀ ਸਹੀਓ, ਸਾਡਾ ਹੱਸਦਾ ਰਹੇ ਪੰਜਾਬ ਨੀ ਸਹੀਓ, ਸਾਡਾ ਵਸਦਾ ਰਹੇ ਪੰਜਾਬ ਨੀ ਸਹੀ, ਸਾਡਾ ਵਸਦਾ ਰਹੇ ਪੰਜਾਬ ਨੀ ਸਹੀਓ। ਖਟਣਗੇ ਆਨੇ ਕੀ ਖਟ ਲਿਆਂਦਾ, ਖਟਕੇ ਲਿਆਂਦੀ ਓਈ ਸਾਡੇ ਮਾਨ ਜਿਆ, ਲੀਡਰ ਆਇਆ ਨਾ ਕੋਈ 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 ਸਾਡੇ ਮਾਨ ਜਿਆ। ਭਗਵੰਤ ਮਾਨ ਨੇ ਝਾੜੂ ਮਾਰ ਕੇ ਪੰਜਾਬ ਸਾਫ ਕਰ, ਤਬ ਰੋਧੀਆਂ ਨੂੰ ਗੁੱਸਾ ਚੜਿਆ, ਭਗਵੰਤ ਮਾਨ ਨੇ ਝਾੜੂ ਮਾਰ ਕੇ ਪੰਜਾਬ ਸਾਫ ਕਰ, ਰੋਧੀਆਂ ਨੂੰ ਗੁੱਸਾ ਚੜਿਆ। ਸਾਡੇ ਮਾਨ ਦੀਆਂ ਕੌਣ ਕਰੂਗਾ ਰੀਸਾਂ, ਸਾਡੇ ਮਾਨ ਦੀਆਂ ਕੌਣ ਦੇਊਗਾ ਰੀਸਾਂ, ਸਾਡੇ ਮਾਨ ਦੀਆਂ ਕੌਣ ਕਰੂਗਾ ਰੀਸਾਂ। ਬਾਰਾਂ ਬਰਸੀ ਖੱਟਣ ਗਏ ਤੇ, ਬਾਰਾਂ ਬਰਸੀ ਖੱਟਣ ਗਏ ਤੇ, ਖਟਕੇ ਲਿਆਂਦਾ ਗੁਲਾਬ ਸਾਡਾ ਰੁੰਗਲਾ ਬਣਾਤਾ, ਭਗਵੰਤ ਮਾਨ ਨੇ ਪੰਜਾਬ ਸਾਡਾ ਰੁੰਗਲਾ ਬਣਾਤਾ, ਭਗਵੰਤ ਮਾਨ ਨੇ ਪੰਜਾਬ ਸਾਡਾ ਰੁੰਗਲਾ ਬਣਾਤਾ, ਮਾਨ ਨੇ ਪੰਜਾਬ ਸਾਡਾ ਰੁੰਗਲਾ ਬਜਾਤਾ। ਜੀਰਾ ਫੈਕਟਰੀ ਬੰਦ ਰਾਤੀ, ਭਗਵੰਤ ਮਾਨ ਨੇ ਜਾਨਾਂ ਬਚਾਈਆਂ ਦੁਨੀਆ ਦੀਆਂ, ਜੀਰਾ ਫੈਕਟਰੀ ਭਗਵੰਤ ਮਾਨ ਰਾਤੀ ਜਾਨ ਨੇ ਜਾਨਾਂ ਬਚਾਈਆਂ ਦੁਨੀਆ ਦੀਆਂ, ਜੀਰਾ ਫੈਕਟਰੀ ਬੰਦ ਕਰਾਈ ਭਗਵੰਤ ਮਾਨ ਨੇ ਜਾਨਾਂ ਬਚਾਈਆਂ ਦੁਨੀਆ ਦੀਆਂ। ਹਰ ਪੁੱਤ ਜੰਮਦੇ ਭਗਵੰਤ ਮਾਨ ਨੀ ਕਿਸੇ ਨੇ ਬਣ ਜਾਣਾ, ਮੈਂ ਗੁਰਪ੍ਰੀਤ ਸਿੰਘ ਗੱਲ ਰੱਖ। ਵਿਜੇ ਜੀ, ਦੇਖਿਆ ਤੁਸੀਂ ਮਾਨ ਸਾਹਿਬ ਦਾ ਮੂੰਹ ਮਿੱਠਾ ਕਰਾਇਆ ਲੱਡੂ ਵੰਡ ਕੇ, ਕਿਵੇਂ ਦੱਸ ਰਿਹਾ? ਦੇਖੋ, ਜਿਹੜਾ ਜੀਰਾ ਫੈਕਟਰੀ ਦਾ ਵਿਸ਼ਾ ਸੀਗਾ, ਸਾਡੇ ਵੀ ਸਾਰਿਆਂ ਦੇ ਮਨਾਂ 'ਚ ਇੱਕ ਗੰਭੀਰ ਵਿਸ਼ਾ ਬਣਿਆ ਹੋਇਆ ਸੀ ਸਾਰਿਆਂ ਦੇ, ਕਿਉਂਕਿ ਕਿਤੇ ਨਾ ਕਿਤੇ ਲੱਗਦਾ ਸੀ ਵੀ ਜਿਹੜੇ ਉੱਥੋਂ ਦੇ ਲੋਕ ਆਵਾਜ਼ ਬੁਲੰਦ ਕਰ ਰਹੇ ਨੇ ਵੀ ਉਹ ਸਹੀ ਹੋਊਗਾ, ਪਰ ਜਿਹੜੀ ਇਹ ਇੰਤਜ਼ਾਰ ਸੀ ਇਹ ਲੰਬਾ ਜ਼ਰੂਰ ਹੋ ਗਿਆ। ਉਹਦਾ ਕਾਰਨ ਮੈਂ ਸਮਝਦਾ ਵੀ ਜਿਹੜੀ ਮਾਨ ਸਾਹਿਬ ਨੇ ਨਾ ਇੱਕ ਉਹ ਕਰ ਲਿਆ, ਆਪਣੇ ਮਨ 'ਚ ਇੱਕ ਧਾਰਨਾ ਬਣਾ ਲਈ ਵੀ ਪਹਿਲਾਂ ਨਾ ਇਹ ਜਿਹੜਾ ਵਿਰੋਧੀ ਕੀ ਤੰਜ ਕੱਸਦੇ ਨੇ, ਫੈਸਲਾ ਤਾਂ ਉਹਨਾਂ ਨੇ ਪੰਜਾਬ ਪ੍ਰਤੀ ਲੈਣਾ, ਆਪਣੇ ਪੰਜਾਬੀਆਂ ਦੇ ਹੱਕਾਂ ਦੀ ਰਾਖੀ ਦੇ ਲਈ ਲੈਣਾ, ਪਰ ਉਹ ਚਾਹੁੰਦੇ ਨੇ ਵੀ ਕਿਵੇਂ ਨਾ ਵੀ ਪਹਿਲਾਂ ਜਿਹੜੇ ਵਿਰੋਧੀ ਨੇ ਇਹ ਜਿਹੜੇ ਤੰਜ ਕੱਸਦੇ ਨੇ, ਜਿਹੜਾ ਕੁਛ ਬੋਲਦੇ ਨੇ, ਇਹਨਾਂ ਨੂੰ ਬੋਲ ਲੈਣ ਦਿਓ, ਇਹਨਾਂ ਨੂੰ ਬੋਲ ਲੈਣ ਦਿਓ, ਕਿੱਥੇ ਤੱਕ ਜਾਂਦੇ ਨੇ ਇਹ। ਕਿਉਂਕਿ ਜਦੋਂ ਜੇ ਇਹੀ ਫੈਸਲਾ ਕਿਤੇ ਪਹਿਲੇ ਦਿਨ ਲਿਆ ਜਾਂਦਾ ਜਾਂ 6 ਮਹੀਨੇ ਪਹਿਲਾਂ ਲਿਆ ਜਾਂਦਾ ਤਾਂ ਵਿਰੋਧੀਆਂ ਨੇ ਕਹਿਣਾ ਸੀ, ਉਦੋਂ ਆਪਾਂ ਨੂੰ ਉਹ ਵੀ ਠੀਕ ਲੱਗਣਾ ਸੀ, ਲੋਕਾਂ 'ਚ ਇਹ ਗੱਲ ਪਹੁੰਚਣੀ ਸੀ ਵੀ ਪਤਾ ਨਹੀਂ ਇਹ ਠੀਕ ਕਹਿੰਦੇ ਨੇ। ਉਹਨਾਂ ਨੇ ਕਹਿਣਾ ਸੀ ਫੈਕਟਰੀ ਬੰਦ ਕਰਾਤੀ ਜੀ, ਰੁਜ਼ਗਾਰ ਬੰਦ ਹੋ ਗਿਆ, ਇੱਥੇ ਤਾਂ ਹੁਣ ਇੰਨੇ ਘਰਾਂ ਨੂੰ
खाना नहीं मिलना हैगा, किवें गुजारा करनगे, ओ फलाना गरीब दा घर चलदा सी, फलाने दा चलदा सी, इहो जे तंज निकल के बाहर आउणे सी। पर एक समुचे पंजाब ने जां मैं कहना किसान जथेबंदियां दे आगुआं ने, किसान यूनियनां ने उत्थे धरने लाए, विरोधियों नूं बोलण ते मजबूर होना पिया कि फैक्टरी गलत लगी हुई है। तो मान साहब ने उत्थे एक अपना पंजाब प्रति जिहड़ी उहनां दी भावना है एक तकड़ा फैसला लैके पंजाबियों नूं एक बड़ा वधिया अपना पंजाब पक्खी होने का सबूत दिता है। बिल्कुल, अज वधिया खुशी मनाई गई, लड्डू वंडे गए ने ते बोले भी पाई गए। बिल्कुल जी, देखो पहला इन्हां माइयां दे विच रहने आ, काफ़ी इन्हां दी इच्छा सीगी क्योंकि कहिंदियां रहिंदियां ने भी पुत तुसीं आ हो रहा है आ करता, जिथे किते साडे तो किते कोई ऊणता ही रहिंदी है जां साडी सरकार तो रहिंदी है, इह सानूं उहदे ते तंज भी कसदियां ने भी इह होया नहीं। पर आ इन्हां दे लई खुशी दी गल सी, इन्हां ने साडे ਇਹ ਕੀਤਾ ਵੀ ਆਪਾਂ ਜ਼ਾਹਰ ਕਰੀਏ ਖੁਸ਼ੀ ਨੂੰ, ਤਾਂ ਉਹਦੇ 'ਤੇ ਗਿੱਧੇ ਵੀ ਪਾਏ ਗਏ ਨੇ, ਬੋਲੀਆਂ ਵੀ ਪਾਈਆਂ ਗਈਆਂ ਨੇ, ਮਾਨ ਸਾਹਿਬ ਨੂੰ ਦੁਆਵਾਂ ਵੀ ਦਿੱਤੀਆਂ ਗਈਆਂ ਨੇ, ਬੜਾ ਵਧੀਆ ਲੱਗਿਆ ਜੀ। ਵਧਾਈ ਦੇਣਾ ਚਾਹੁੰਦਾ, ਮੈਂ ਤਾਂ ਕਹਿੰਦਾ ਵੀ ਮਾਨ ਸਾਹਿਬ ਦੀ ਜਿਹੜੀ ਉਮਰ ਹੈ ਉਹ ਵਾਹਿਗੁਰੂ ਇੰਨੀ ਕੁ ਲੰਬੀ ਕਰੇ ਕਿ ਉਹ ਆਪਣੀ ਰਾਖੀ ਕਰਦੇ ਰਹਿਣ ਇਸੇ ਪੰਜਾਬ ਦੇ ਲਈ, ਜਿਸ ਤਰ੍ਹਾਂ ਦਾ ਉਹਨਾਂ ਦੇ ਇੱਕ ਕਮੇਡੀਅਨ ਕਲਾਕਾਰ ਤੋਂ ਲੈ ਕੇ ਜਦੋਂ ਉਹ ਕਮੇਡੀਅਨ ਸੀ 17 ਸਾਲ ਤੋਂ ਉਹਨਾਂ ਨੇ ਪੰਜਾਬ ਦੇ ਹੱਕਾਂ ਦੇ ਲਈ ਬੋਲਣਾ ਸ਼ੁਰੂ ਕੀਤਾ, ਉਹ ਉਸੇ ਲਹਿਜੇ ਦੇ ਨਾਲ ਕੰਮ ਕਰ ਰਹੇ ਨੇ ਅਤੇ ਇਸੇ ਤਰ੍ਹਾਂ ਹੀ ਉਸੇ ਲਹਿਜੇ ਨਾਲ ਕੰਮ ਕਰਦੇ ਰਹਿਣ।